ਅੱਜ ਦਾ ਸਾਡਾ ਪ੍ਰੋਗਰਾਮ ਸੀ। ਅੱਜ ਜਿਹੜਾ BJP ਦਾ ਅਜੇ ਮਿਸ਼ਰਾ ਟੈਣੀ ਹੈ ਮੰਤਰੀ ਦੀ ਕੇਂਦਰ ਦੀ ਸਰਕਾਰ ਦੇ ਵਿੱਚ, ਪਰ ਲੋਕਾਂ ਨੇ ਤਾਂ ਗੁੱਸਾ ਕਰਕੇ ਗੁੱਸਾ ਵਧਾ ਕੱਢਿਆ, ਉਹਨੂੰ ਵੋਟਾਂ ਨਾ ਪਾ ਕੇ ਹਰਾਇਆ। ਪਰ ਉਹ ਸਾਡੇ 4 ਕਿਸਾਨ, 1 ਪੱਤਰਕਾਰ, 5 ਕਾਤਲਾਂ ਦਾ ਕਾਤਲ ਹੈ। ਇਸ ਕਰਕੇ ਅੱਜ ਸਾਰੇ ਭਾਰਤ ਦੇ ਵਿੱਚ, ਇਕੱਲਾ ਭਵਾਨੀਗੜ੍ਹ ਦੇ ਵਿੱਚ ਨਹੀਂ, ਸਾਰੇ ਭਾਰਤ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਪੁਤਲੇ ਫੂਕੇ ਨੇ। ਅਸੀਂ ਨੇ ਆਪਣੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪੰਜਾਬ ਦੇ ਵਿੱਚ ਸਾਰੇ ਕਿਤੇ ਸੰਯੁਕਤ ਮੋਰਚੇ ਵੱਲੋਂ ਪੁਤਲੇ ਫੂਕੇ ਜਾ ਰਹੇ ਨੇ। ਪਰ ਉਹ ਪੰਜ ਕਿਸਾਨਾਂ ਦਾ ਕਾਤਲ ਹੋਣ ਦੇ ਬਾਵਜੂਦ BJP ਦੀ ਸਰਕਾਰ ਨੇ ਉਹਨੂੰ ਜ਼ਮਾਨਤ ਦੇ ਦਿੱਤੀ, ਜ਼ਮਾਨਤ ਦੇ ਉੱਤੇ ਬਾਹਰ ਘੁੰਮਦਾ ਫਿਰਦਾ। ਉਰੇ ਜੇ ਕੋਈ ਆਮ ਕਿਸਾਨ ਹੈ ਜਾਂ ਆਮ ਮਜ਼ਦੂਰ ਹੈ, ਆਮ ਮੁਲਾਜ਼ਮ ਹੈ, ਕਿਸੇ 'ਤੇ ਛੋਟਾ ਮੋਟਾ ਪਰਚਾ ਵੀ ਹੋ ਜੇ, ਉਹਦੀ ਜ਼ਮਾਨਤ ਨਹੀਂ ਹੁੰਦੀ। ਪੰਜ ਕਿਸਾਨਾਂ ਨੂੰ ਕਤਲ ਕਰਨ ਵਾਲਾ ਅੱਜ ਸੜਕ 'ਤੇ ਘੁੰਮਦਾ ਫਿਰਦਾ ਸ਼ਰੇਆਮ, ਉਹਦੀ ਜ਼ਮਾਨਤ ਹੈ। ਪਰ ਅਸੀਂ ਸਰਕਾਰ ਤੋਂ ਫਿਰ ਵੀ ਮੰਗ ਕਰਦੇ ਹਾਂ ਵੀ ਉਹਦੇ ਉੱਤੇ 302 ਦਾ ਪਰਚਾ, 302 ਦੇ ਪਰਚੇ ਦੇ ਤਹਿਤ ਉਹ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਹੋਣਾ ਚਾਹੀਦਾ, ਉਹਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ, ਅਤੇ ਉਹਦੇ ਉੱਤੇ ਪਰਚਾ ਹੋ ਕੇ ਉਹ ਕੇਸ ਚੱਲਣਾ ਚਾਹੀਦਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਅੱਜ ਦੇ ਕਿਸਾਨਾਂ ਦੀ ਮੰਗ ਹੈ। ਪ੍ਰਧਾਨ ਜੀ, ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਵੀ ਚਲਾਇਆ ਜਾ ਰਿਹਾ? ਦੇਖੋ, ਰੇਲ ਰੋਕੋ ਅੰਦੋਲਨ ਹੋਊਗਾ, ਪਰ ਸਾਡਾ ਰੇਲ ਰੋਕੋ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਉਹ ਇੱਕ ਵੱਖਰਾ ਮੋਰਚਾ ਚੱਲਦਾ ਜਿਹੜਾ ਬਾਰਡਰਾਂ 'ਤੇ ਹੈ, ਉਹ ਕਿਸਾਨਾਂ ਦਾ ਮਸਲਾ ਹੈ। ਸਾਡਾ ਤਾਂ ਅੱਜ ਅਜੇ ਮਿਸ਼ਰਾ ਟੈਣੀ ਦੇ ਜਿਹੜੇ ਕਾਤਲ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ। ਮੇਰਾ ਨਾਮ ਕਰਮ ਸਿੰਘ। ਅੱਜ ਪੁਤਲਾ ਫੂਕਿਆ ਗਿਆ, ਕਿਸ ਸੰਬੰਧ 'ਚ ਫੂਕਿਆ ਗਿਆ? ਜੋ ਪੁਤਲਾ ਫੂਕਿਆ ਗਿਆ ਵੀ ਜਿਹੜਾ ਸਾਡੇ 4 ਕਿਸਾਨ ਸ਼ਹੀਦ ਹੋਏ ਨੇ, ਇੱਕ ਪੱਤਰਕਾਰ, ਉਹਦੇ ਸੰਬੰਧ ਵਿੱਚ ਅਜੇ ਮਿਸ਼ਰਾ ਟੋਨੀ ਦਾ ਪੁਤਲਾ ਫੂਕਿਆ ਵੀ ਸਾਨੂੰ ਇਨਸਾਫ ਨਹੀਂ ਮਿਲਿਆ, ਅਜੇ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ, ਬਾਹਰ ਘੁੰਮਦਾ ਫਿਰਦਾ। ਸਾਡੀ ਸੈਂਟਰ ਸਰਕਾਰ ਤੋਂ ਮੰਗ ਹੈ ਵੀ ਉਹਨੂੰ ਜੇਲ੍ਹ ਕਰਨ, ਸਿੰਘਾਂ ਵਿੱਚੇ ਕਰਨ, ਉਹਨੂੰ ਫਾਂਸੀ ਦੇਣ, ਤਾਂ ਕਿ ਸਾਡਾ ਗੁੱਸਾ ਜਿਹੜਾ ਠੰਡਾ ਹੋ ਸਕੇ। ਤਾਂ ਇਹਦੇ ਕਰਕੇ ਅਸੀਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਸਾਡੇ ਫੋਰਮ ਨੇ ਉੱਥੇ ਸਾਡੇ ਪੁਤਲੇ ਫੂਕੇ ਜਾ ਰਹੇ ਨੇ, ਅਤੇ ਇਹਦੇ ਕਰਕੇ ਅਸੀਂ ਪੁਤਲਾ ਫੂਕਿਆ। ਪ੍ਰਧਾਨ ਜੀ, ਇੱਕ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀ, ਅੱਜ ਜਿਹੜਾ BJP ਦਾ ਅਜੇ ਮਿਸ਼ਰਾ ਟੈਣੀ ਹੈ ਮੰਤਰੀ ਦੀ ਕੇਂਦਰ ਦੀ ਸਰਕਾਰ ਦੇ ਵਿੱਚ, ਪਰ ਲੋਕਾਂ ਨੇ ਤਾਂ ਗੁੱਸਾ ਕਰਕੇ ਗੁੱਸਾ ਵਧਾ ਕੱਢਿਆ, ਉਹਨੂੰ ਵੋਟਾਂ ਨਾ ਪਾ ਕੇ ਹਰਾਇਆ। ਪਰ ਉਹ ਸਾਡੇ 4 ਕਿਸਾਨ, 1 ਪੱਤਰਕਾਰ, 5 ਕਾਤਲਾਂ ਦਾ ਕਾਤਲ ਹੈ। ਇਸ ਕਰਕੇ ਅੱਜ ਸਾਰੇ ਭਾਰਤ ਦੇ ਵਿੱਚ, ਇਕੱਲਾ ਭਵਾਨੀਗੜ੍ਹ ਦੇ ਵਿੱਚ ਨਹੀਂ, ਸਾਰੇ ਭਾਰਤ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਪੁਤਲੇ ਫੂਕੇ ਨੇ। ਅਸੀਂ ਨੇ ਆਪਣੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪੰਜਾਬ ਦੇ ਵਿੱਚ ਸਾਰੇ ਕਿਤੇ ਸੰਯੁਕਤ ਮੋਰਚੇ ਵੱਲੋਂ ਪੁਤਲੇ ਫੂਕੇ ਜਾ ਰਹੇ ਨੇ। ਪਰ ਉਹ ਪੰਜ ਕਿਸਾਨਾਂ ਦਾ ਕਾਤਲ ਹੋਣ ਦੇ ਬਾਵਜੂਦ BJP ਦੀ ਸਰਕਾਰ ਨੇ ਉਹਨੂੰ ਜ਼ਮਾਨਤ ਦੇ ਦਿੱਤੀ, ਜ਼ਮਾਨਤ ਦੇ ਉੱਤੇ ਬਾਹਰ ਘੁੰਮਦਾ ਫਿਰਦਾ। ਉਰੇ ਜੇ ਕੋਈ ਆਮ ਕਿਸਾਨ ਹੈ ਜਾਂ ਆਮ ਮਜ਼ਦੂਰ ਹੈ, ਆਮ ਮੁਲਾਜ਼ਮ ਹੈ, ਕਿਸੇ 'ਤੇ ਛੋਟਾ ਮੋਟਾ ਪਰਚਾ ਵੀ ਹੋ ਜੇ, ਉਹਦੀ ਜ਼ਮਾਨਤ ਨਹੀਂ ਹੁੰਦੀ। ਪੰਜ ਕਿਸਾਨਾਂ ਨੂੰ ਕਤਲ ਕਰਨ ਵਾਲਾ ਅੱਜ ਸੜਕ 'ਤੇ ਘੁੰਮਦਾ ਫਿਰਦਾ ਸ਼ਰੇਆਮ, ਉਹਦੀ ਜ਼ਮਾਨਤ ਹੈ। ਪਰ ਅਸੀਂ ਸਰਕਾਰ ਤੋਂ ਫਿਰ ਵੀ ਮੰਗ ਕਰਦੇ ਹਾਂ ਵੀ ਉਹਦੇ ਉੱਤੇ 302 ਦਾ ਪਰਚਾ, 302 ਦੇ ਪਰਚੇ ਦੇ ਤਹਿਤ ਉਹ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਹੋਣਾ ਚਾਹੀਦਾ, ਉਹਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ, ਅਤੇ ਉਹਦੇ ਉੱਤੇ ਪਰਚਾ ਹੋ ਕੇ ਉਹ ਕੇਸ ਚੱਲਣਾ ਚਾਹੀਦਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਅੱਜ ਦੇ ਕਿਸਾਨਾਂ ਦੀ ਮੰਗ ਹੈ। ਪ੍ਰਧਾਨ ਜੀ, ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਵੀ ਚਲਾਇਆ ਜਾ ਰਿਹਾ? ਦੇਖੋ, ਰੇਲ ਰੋਕੋ ਅੰਦੋਲਨ ਹੋਊਗਾ, ਪਰ ਸਾਡਾ ਰੇਲ ਰੋਕੋ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਉਹ ਇੱਕ ਵੱਖਰਾ ਮੋਰਚਾ ਚੱਲਦਾ ਜਿਹੜਾ ਬਾਰਡਰਾਂ 'ਤੇ ਹੈ, ਉਹ ਕਿਸਾਨਾਂ ਦਾ ਮਸਲਾ ਹੈ। ਸਾਡਾ ਤਾਂ ਅੱਜ ਅਜੇ ਮਿਸ਼ਰਾ ਟੈਣੀ ਦੇ ਜਿਹੜੇ ਕਾਤਲ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ।